ਦੇਖੋ ਇਹ ਜਿਹੜੀ ਆਪਣੇ ਕੱਲ੍ਹ ਲੱਗੀ ਸੀ ਹੈ ਗੱਡੀ ਉਹ ਗਵਾਂਢੀ ਦੀ ਆ ਫੋਰਡ ਦੀ ਆ ਭਾਅ ਜੀ ਵੈਸੇ ਹੈ ਪਤਾ ਨਹੀਂ ਕਿਹੜੇ ਜ਼ਮਾਨੇ ਦੀ ਲਈ ਫਿਰਦਾ ਹੈ ਲਾਂਡਰੀ ਦਾ ਪਤਾ ਕਰਕੇ ਲਾਂਡਰੀ ਕਹਿੰਦੇ ਹੈਗੀ ਜੀ 8 ਯੂਰੋ ਧੋਣ ਦੇ 6 ਯੂਰੋ ਸੁਕਾਉਣ ਦੇ ਅਤੇ ਇੱਧਰ ਭਾਅ ਜੀ ਹੁਣਾਂ ਨੇ ਆਪਾਂ ਨੂੰ ਕਿਹਾ ਕਿ ਜ਼ਿਆਦਾ ਮਹਿੰਗੀ ਆਪਾਂ ਰਸਤੇ 'ਚੋਂ ਕਿਤੇ ਹੋਰ ਕਰਵਾ ਲਾਂਗੇ ਜਾਂ ਰਾਤ ਨੂੰ ਜਿੱਥੇ ਜਾਣਾ ਉੱਥੇ ਲਾਂਡਰੀ ਕਰਵਾ ਲਾਂਗੇ ਸੋ ਕਦੀ ਕਦੀ ਤਾਂ ਅਸੀਂ ਪੈਸੇ ਖਰਚਣ ਲੱਗੇ ਹਾਂ ਵੇਖੀ ਜਾਂਦੇ ਕਦੀ ਕਦੀ ਅਸੀਂ 5-10 ਯੂਰੋਵਾਂ ਪਿੱਛੇ ਅਸੀਂ ਮਰੀ ਜਾਈਦਾ ਅਸੀਂ ਇਹ ਵੀ ਵੇਖ ਲਏ ਭਾਅ ਜੀ ਕਈ ਵਾਰੀ 100-200 ਐਵੇਂ ਹੀ ਚੀਜ਼ਾਂ 'ਤੇ ਉੱਦਾਂ ਹੀ ਖਰਚ ਦਿੱਤਾ ਕਈ ਵਾਰੀ ਜਦੋਂ ਕੰਜੂਸੀ ਕਰਨ ਆਈ ਜੀ 2-4 ਯੂਰੋਵਾਂ ਪਿੱਛੇ ਕਰ ਜਾਈਦੀ ਅਸੀਂ ਕਰ ਰਹੇ ਬ੍ਰੇਕਫਾਸਟ ਅਸੀਂ ਗੱਲ ਕਰਨਾ ਪਏ ਭਾਅ ਜੀ ਕਿਉਂਕਿ ਸਵੇਰੇ ਤੜਕੇ ਉੱਠ ਪਿਆ ਸੀ ਅਤੇ ਮੈਨੂੰ ਬਾਹਰੋਂ ਇੱਕ ਵੀ ਇੰਡੀਅਨ ਸਬ ਕੰਟੀਨੈਂਟ ਦੀ ਇੱਕ ਲੈਂਗੁਏਜ ਸੁਣਾਈ ਦੇ ਰਹੀ ਸੀ ਅਤੇ ਕਿਉਂਕਿ ਬਾਕੀਆਂ ਦੀ ਅਤੇ ਇਹਨਾਂ ਦੀ ਛੂੰ ਫਾਂਜ ਦੀ ਪਤਾ ਲੱਗ ਜਾਂਦੀ ਵੀ ਯੂਰਪੀਅਨ ਆ ਅਤੇ ਮੈਂ ਭਾਅ ਜੀ ਨੂੰ ਪੁੱਛਿਆ ਤਾਂ ਭਾਅ ਜੀ ਕਹਿੰਦੇ ਉਹ ਮੈਂ ਬੋਲ ਰਿਹਾ ਸੀ ਸਵੇਰੇ ਪਸ਼ਤੋ ਘਰੇ ਗੱਲ ਕਰ ਰਿਹਾ ਸੀ ਅਤੇ ਭਾਅ ਜੀ ਜੇ ਹੁਣ ਪਸ਼ਤੋ 'ਚ ਕਹਿਣਾ ਹੋਵੇ ਆਪਣੇ ਇਹਨਾਂ ਨੂੰ ਮੁੰਡਿਆਂ ਨੂੰ ਸਾਰਿਆਂ ਨੂੰ ਵੇਖਣ ਵਾਲਿਆਂ ਨੂੰ ਮੁੰਡਿਆਂ ਕੁੜੀਆਂ ਨੂੰ ਜਿਹੜੇ ਵੀ ਅਤੇ ਵੀਡੀਓ ਵੇਖ ਕੇ ਲਾਈਕ ਫੋਲੋ ਅਤੇ ਸ਼ੇਅਰ ਕਰ ਦਿਆ ਕਰੋ ਇਹਨੂੰ ਪਛਤੋ 'ਚ ਮਾੜਾ ਜੀ ਕਿਹਦਾ ਸ਼ਾਇਦ ਮੇਰੀ ਕਿਹਾ ਨਾ ਸਮਝ ਆਉਂਦਾ ਵੀ ਪਛਤੋ ਸਮਝਦੇ ਹੁਣ ਸਾਰੀ ਕਿਉਂ ਮਾੜਾ ਜਿਹਾ ਪਛਤੋ 'ਚ ਫਿਰ ਦਮੋ ਵੀਡੀਓ ਕੋ ਨੇ ਲਾਈਕ ਕੋ ਫੋਲੋ ਕੋ ਬਿਆਦਾ ਸ਼ੇਅਰ ਕੋ ਹੁਣ ਸ਼ੇਅਰ ਨੂੰ ਤਾਂ ਸ਼ੇਅਰ ਹੀ ਕਹਾਂ ਸ਼ੇਅਰ ਨੂੰ ਤਾਂ ਸ਼ੇਅਰ ਕਰੋ ਸ਼ੇਅਰ ਕੋ ਹੈ ਕੀ ਕਹਿੰਦੇ ਸ਼ੇਅਰ ਕੋ ਸ਼ੇਅਰ ਮਤਲਬ ਕਰੋ ਕਰੋ ਅੱਛਾ ਕੋ ਨੂੰ ਕਰੋ ਹਾਂ ਜਿਸ ਤਰ੍ਹਾਂ ਭਾਅ ਜੀ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਵੱਖ ਵੱਖ ਇਹਦੇ ਵਿੱਚ ਆ ਜਾਂਦੀਆਂ ਨੇ ਰੂਟਸ ਇਹਦੀਆਂ ਪੋਟੋਹਾਰੀ ਆ ਜਾਂਦੀ ਹੈ ਫਿਰ ਸਾਡੀ ਮਿਡਲ ਦੀ ਪੰਜਾਬੀ ਆ ਜਾਂਦੀ ਸਰਾਇਕੀ ਆ ਜਾਂਦੀ ਮੁਲਤਾਨ ਸਰਾਇਕੀ ਬਹੁਤ ਵਧੀਆ ਲੱਗਦੀ ਮੈਨੂੰ ਹਾਂ ਬਹੁਤ ਵਧੀਆ ਅਤੇ ਹਿੰਦ ਕੋ ਵੀ ਇਹਦੀ ਹੀ ਇੱਕ ਬ੍ਰਾਂਚ ਆ ਜਿਸ ਤਰ੍ਹਾਂ ਤੁਹਾਡੇ ਵਾਲੇ ਪਾਸੇ ਪੁਆਧ ਮਾਝਾ ਅਤੇ ਇਸ ਤਰ੍ਹਾਂ ਪਸ਼ਤੋ 'ਚ ਬਹੁਤ ਜ਼ਿਆਦਾ ਆਫਰੀਦਿਆਂ ਦੀ ਵੱਖਰੀ ਹੈ ਦਰੀ ਵੱਖਰੀ ਹੈ ਅਤੇ ਮਤਲਬ ਇਹ ਸਾਰਾ ਇਲਾਕਾ ਅਟਕ ਤੋਂ ਪਰਾਂ ਪਰਾਂ ਸਾਰਾ ਫਿਰ ਬਲੋਚ ਵੀ ਪਸ਼ਤੋ ਟਾਈਪ ਬੋਲਦੇ ਉਹ ਵੱਖਰੀ ਕਰਾਚੀ ਜਿਹੜੇ ਪਖਤੂਨ ਆ ਉਹ ਵੱਖਰੀ ਬੋਲਦੇ ਪਸ਼ਤੋ ਅੱਜ ਆਪਾਂ ਨੇ ਆ ਇੱਥੇ ਅਸਲ ਵਿੱਚ 2 ਨੇ 4-5 ਆ ਛਾਵਰਾਂ ਵਾਲੇ ਅਤੇ ਆਪਾਂ ਡਿਫਰੈਂਟ ਥਾਂ 'ਤੇ ਅਤੇ ਵੀ ਫੈਸਿਲਿਟੀ ਵਧੀਆ ਹੀ ਸੀ ਇਹਨਾਂ ਦੀ ਚੱਪਲਾਂ ਹੈਗੀਆਂ 2 ਹੀ ਜੋੜੇ ਉਹ ਵੀ ਆਪਣੇ ਹੀ ਮਹਿਮਾਨ ਆ ਕੇ 2 ਫਿਰ ਚੱਪਲਾਂ ਕਰਤੀਆਂ ਇਹਨਾਂ ਨੂੰ ਦਾਨ ਮੈਂ ਕਿਹਾ ਆਪਾਂ ਇੱਦਾਂ ਹੀ ਸਰ ਜੂਗਾ ਆਪਣਾ ਪਰ ਚਾਸਾਂ ਦੇ ਮਜ਼ਾ ਆ ਰਿਹਾ ਇੱਦਾਂ ਜੇ ਆਪਾਂ ਇਸ ਤੋਂ ਬਾਹਰ ਕੱਢ ਕੇ ਖਲੋ ਕੇ ਅਤੇ ਡੈਸਟੀਨੇਸ਼ਨ ਕਲੀਅਰ ਕਰਨੀ ਆ ਕਿਹੜੀ ਚੂਜ਼ ਕਰੀਏ ਹਾਂ ਚੈੱਕਆਊਟ ਕਰਨਾ ਜ਼ਰੂਰੀ ਪਰ ਕਿਉਂਕਿ ਇਹਨਾਂ ਨੇ ਵੀ ਕੋਈ ਮਾੜੀ ਮੋਟੀ ਕਲੀਨਿੰਗ ਕਰਨੀ ਹੁੰਦੀ ਆ ਵੀ ਪਿੱਚ ਰੈਡੀ ਆ ਕੋਈ ਫਾਲਟ ਤਾਂ ਨਹੀਂ ਉਹ ਸਾਰੀਆਂ ਚੀਜ਼ਾਂ ਇੱਥੇ ਮੈਨੂੰ ਲੱਗਦਾ ਆਪਾਂ ਨੂੰ ਪਹਿਲਾਂ ਦੱਸਣਾ ਪੈਣਾ ਇਹਨਾਂ ਨੇ ਅੰਦਰੋਂ ਖੋਲ੍ਹਣੀ ਹੈ ਆਈ ਥਿੰਕ ਸੋ ਹੁਣ ਅਸੀਂ ਚੱਲੇ ਹਾਂ ਜੀ ਪਿੰਡ ਘੈਂਟ GHENT ਹੈ ਨਾ ਇੱਦਾਂ ਹੀ ਹੈ ਨਾ ਕੁਛ ਅਤੇ ਇਹ ਪਿੰਡ ਉੱਦਾਂ ਤਾਂ ਹੈਗਾ ਸੀ ਹਾਈਵੇ 'ਤੇ ਕੋਈ 250 ਕਿਲੋਮੀਟਰ ਬਟ ਅਸੀਂ ਹਾਈਵੇ ਅਵੋਇਡ ਕਰਕੇ ਅਤੇ 362 ਕਿਲੋਮੀਟਰ ਆਏ ਅਤੇ ਸ਼ਾਮ ਨੂੰ ਇੱਥੇ ਪਹੁੰਚਣਾ ਵਾ 6-7 ਵਜੇ ਅਤੇ ਮੇ ਬੀ ਰਾਤ ਇੱਥੇ ਰੁਕ ਜਾਈਏ ਅੱਜ ਪੈਰਿਸ ਬਾਹਲਾ ਜ਼ਿਆਦਾ ਟ੍ਰੈਫਿਕ ਆ ਵੀ ਘੰਟਾ ਹੋ ਗਿਆ ਸਾਨੂੰ ਆਲਮੋਸਟ ਜੇ ਇੱਥੇ ਖੱਜਲ ਹੁੰਦੇ ਹਾਂ ਸਿਟੀ ਨਹੀਂ ਬਾਹਰ ਨਿਕਲ ਸਕੇ ਗੱਲ ਦਿਲ ਦੀ ਦੱਸ ਸੱਜਣਾ ਝੂਠ ਲਾਰਿਆਂ 'ਚ ਕੀ ਰੱਖਿਆ ਖੱਬੇ ਹੱਥ ਏਅਰਪੋਰਟ ਫਰਾਂਸ ਪੈਰਿਸ ਵਾਲਾ ਇੱਕ ਤਾਂ ਬਿਜ਼ੀ ਬਹੁਤ ਆ ਵੀ ਉਹ ਜਿਵੇਂ ਇੱਕ ਗੇਮ ਨਹੀਂ ਆਉਂਦੀ ਹੁੰਦੀ ਜਹਾਜ਼ ਡਾਊਨ ਵਾਲੀ ਸੱਜੇ ਖੱਬੇ ਕਰਕੇ ਜਹਾਜ਼ ਡਾਈ ਜਾਣੇ ਉਹੀ ਹਾਲ ਇੱਥੇ ਬਣਦਾ ਵਾ ਅਤੇ ਉਹੀ ਆ ਜਿੱਥੇ ਸਾਹਿਬ ਰਾਏ ਹੋਣੇ ਪਾਸਪੋਰਟ ਸਿੱਟ ਕੇ ਪਾੜ ਕੇ ਅਤੇ ਟੋਇਲਟਾਂ 'ਚ ਬੈਠੇ ਰਿਹਾ ਸੀ ਅਤੇ ਇੱਥੇ ਪੈਰਿਸ ਵਾਲੇ ਏਅਰਪੋਰਟ 'ਤੇ ਪਤਾ ਨਹੀਂ ਕਿੰਨੇ ਕੁ ਜਾਣਿਆਂ ਨੇ ਇਹ ਕੰਮ ਕੀਤਾ ਵਾ ਇੱਕ ਨਿੱਕਾ ਜਿਹਾ ਸਟੋਪ ਲਿਆ ਵਾ ਰਸਤੇ 'ਚ ਕਣਕ ਬੜੀ ਵਧੀਆ ਆਈ ਜਾਂਦੀ ਸੀ ਅਸੀਂ ਕਿਹਾ ਕਣਕ ਤਾਂ ਵੇਖੀ ਹੈ ਫਰਾਂਸ ਦੀ ਭਾਅ ਜੀ ਜੇ ਆ ਕੇ ਵੀ ਸੜਕ 'ਤੇ ਸੜਕ ਹੀ ਜਾਣਾ ਤਾਂ ਫਿਰ ਕਹਿਦਾ ਕੋਈ ਗਾਲਾਂ ਕੱਢੂਗਾ ਕੋਈ ਬਾਹਰ ਕੱਢੂਗਾ ਫਿਰ ਆਵਾਂਗੇ ਉੱਦਾਂ ਨਹੀਂ ਜਾਂਦੇ ਬਾਹਰ ਇਹ ਕੀ ਆ ਭਾਅ ਜੀ ਕੋਈ ਇਹ ਫਸਲ ਆ ਕੇ ਉੱਦਾਂ ਹੀ ਫੁੱਲ ਜਾਈ ਹੈ ਨਹੀਂ ਵੇਚਦੇ ਹੈਗੇ ਕਣਕ ਉੱਦਾਂ ਤਾਂ ਨਹੀਂ ਕੋਈ ਨਾ ਕੋਈ ਹੈ ਨਾ ਨਹੀਂ ਇਹ ਫੁੱਲ ਜਿਹਾ ਤਾਂ ਨਹੀਂ ਕੁਛ ਹੈਗਾ ਨਾ ਇਹ
ਦਸਾਂ 15 ਦਿਨਾਂ ਬਾਅਦ ਗਾਣਾ ਇੱਥੇ ਢੁੱਕ ਜਾਣਾ ਵਾ, ਫਿਰ ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵੱਟਾਂ ਉੱਤੇ ਨੱਚ ਕੁੜੀਏ। ਅਜੇ ਥੋੜ੍ਹੀ ਜਿਹੀ ਹਰੀ ਹੈ, ਪੱਕੀ ਕਣਕ ਹਾਂ ਇਹਦੀ ਹਾਈਟ ਹੂਈਟ ਨਾ ਉਹ ਨੀਗੀ, ਮਧਰੀ ਜੀ ਨੀਗੀ ਹੈ ਨਾ। ਆਹੋ ਰੂੜਾ ਆ ਉੱਧਰ ਲਾਈ ਢੇਰ ਉਹਨੇ ਰੂੜੀ, ਆਪਣੇ ਨੀ ਜਿੱਦਾਂ ਪੁਰਾਣੇ ਹੁੰਦਾ ਸੀ ਰਾਹਗੀਰਾਂ ਵਾਸਤੇ ਨਿਸ਼ਾਨੀਆਂ ਉਹ ਆ। ਹਾਂ ਸੱਜੇ ਹੱਥ ਸਰੋਂ ਪੂਰਾ, ਇਹ ਵੀ ਪੱਕਣ ਵਾਲੀ, ਤੇ ਖੱਬੇ ਹੱਥ ਕਣਕ ਇਹ ਵੀ ਪੱਕਣ ਵਾਲੀ। ਕਾਰਖਾਨੇ ਵਾਲੇ ਮੋੜ ਦੇ ਕੋਲੋਂ ਕਿਉਂ ਦਰਦੀ ਸਾਡੀ ਇੱਜ਼ਤ ਕਵਾਰੀ ਵੇ। ਇੱਦਾਂ ਹੀ ਆ ਭਾਜੀ, ਯਾਰ ਆਪਾਂ ਨੂੰ ਦੋਨਾਂ ਨੂੰ ਚੀਜ਼ਾਂ ਇੱਕੋ ਜਿਹੀਆਂ ਸੋਹਣੀਆਂ ਲੱਗਦੀਆਂ ਨਾ, ਨਾਲ ਹੀ ਕੈਮਰੇ ਨਿਕਲ ਜਾਂਦੇ ਆ। ਪਿੰਡ ਸੋਹਣਾ ਵਾ ਨਾ, ਹਾਈਵੇ ਤੇ ਆਈਏ ਤੇ ਕਿੱਥੋਂ ਇੱਦਾਂ ਦੇ ਨਿੱਕੇ ਨਿੱਕੇ ਜੇ ਪਿੰਡ ਟਾਊਨ ਆਉਂਦੇ ਹਨਾ। ਕਰ ਲਿਆ ਭਰਾਵਾ ਜ਼ਮੀਨ ਦੀ ਮੇਰਾ ਚਾਦਰਾ ਵੀ ਖਸਿਆ ਪਿਆ। ਆਹ ਵਾਲੇ ਭਾਈ ਪੁਰਜੇ ਇਹ ਤੋਂ ਡਰ ਕੇ, ਆਹ ਡਰਾਉਂਦਾ ਵਾ ਇੱਥੇ ਫਰਾਂਸ ਦੇ ਵਿੱਚ, ਇਹ ਜਿਹਨੇ ਕਿ ਜਿਹੜਾ ਕੈਮਰਿਆਂ ਦਾ ਸਟਾਈਲ ਇਹਦੇ ਵਰਗਾ, ਅਤੇ ਪਿੰਡਾਂ ਪੁੰਡਾਂ 'ਚ ਤਕਰੀਬਨ ਜਿੱਥੇ 50 ਦੀ ਸਪੀਡ ਹੁੰਦੀ ਹੈ ਨਾ ਉੱਥੇ ਲੱਗੇ ਹੀ ਹੁੰਦੇ ਆ, ਸੋ ਖਾਸ ਕਰ ਪਿੰਡਾਂ 'ਚ ਧਿਆਨ। ਅਤੇ ਇਟਲੀ ਫਰਾਂਸ ਇਹਨਾਂ ਕੰਟਰੀ ਦੇ ਵਿੱਚ ਕੈਮਰੇ ਜ਼ਿਆਦਾ ਆ ਦੂਸਰੀ ਕੰਟਰੀਆਂ ਦੇ ਮੁਕਾਬਲੇ। ਬਾਰਡਰ ਆ ਰਿਹਾ ਜੀ ਬੈਲਜੀਅਮ ਦਾ, ਅਤੇ ਫਰਾਂਸ ਅਤੇ ਬੈਲਜੀਅਮ ਦਾ ਬਾਰਡਰ ਦੇਖਦੇ ਹਾਂ। ਪਿੰਡਾਂ ਪੁੰਡਾਂ ਵੱਲੋਂ ਦੀ ਬਾਰਡਰ ਸੋਹਣੇ ਹੁੰਦੇ ਆ, ਪਰ ਹਾਈਵੇ ਦੇ ਉੱਤੇ ਤਾਂ ਕੁਛ ਜ਼ਿਆਦਾ ਸਪੈਸ਼ਲ ਨਹੀਂ ਹੁੰਦਾ, ਬਸ ਬੋਰਡ ਹੀ ਲੱਗਿਆ ਹੁੰਦਾ ਹੈ। ਫਰਾਂਸ 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 ਬੈਲਜੀਅਮ 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 ਦੈਟਸ ਆਲ। ਚਲੋ ਵੀ ਗੈਂਟ ਵਾਲੇ ਗੈਂਟ ਵਾਲੇ ਗੈਂਟ ਵਾਲੇ ਗੈਂਟ ਵਾਲੇ ਭਾਜੀ ਆਲਮੋਸਟ ਹੀ 7 ਘੰਟੇ ਡਰਾਈਵ ਕੀਤੀ, 12 ਵਜੇ ਨਿਕਲੇ ਆਪਾਂ ਤੇ 7 ਵੱਜ ਗਏ, 8 ਮਿੰਟ ਰਹਿ ਗਏ ਆਪਾਂ। ਮੈਨੂੰ ਲੱਗਦਾ ਚਲਾਈ ਆ, ਕਿਉਂਕਿ ਆਪਾਂ ਪਿੰਡਾਂ ਪੁੰਡਾਂ ਵਾਲੀ ਆਏ ਨਾ, ਮੇਰਾ 450 ਕਿਲੋਮੀਟਰ ਸੀ। ਡਰਾਈਵਰ ਮੋਡ ਤੋਂ ਸਿੱਧਾ ਹੁਣ ਟੂਰਿਸਟ ਮੋਡ ਤੇ ਆ ਗਏ, ਐਨਕਾਂ ਉਣਕਾਂ ਲਾ ਗਏ। ਹੈ ਸਹੀ ਗੱਲ ਆ, ਆ ਜਾਓ ਭਾਜੀ ਚੱਲੀਏ, ਕਿਉਂਕਿ ਆਪਾਂ 11 ਵਜੇ ਤੋਂ ਪਹਿਲਾਂ ਇੱਥੋਂ ਗੱਡੀ ਕੱਢਣੀ ਆ, ਅਤੇ ਪਾਰਕਿੰਗ ਮੁਫਤ ਆ ਜੀ ਪਰ ਇਹਨਾਂ ਵਾਸਤੇ ਮੋਟਰ ਹੋਮਾਂ ਵਾਸਤੇ, ਪਰ ਟਾਈਮਿੰਗ ਹੈਗੀ ਸਵੇਰੇ 6 ਤੋਂ ਲੈ ਕੇ ਰਾਤ ਦੇ 11 ਵਜੇ ਤੱਕ, 11 ਵਜੇ ਆਊਟ ਕਰਨਾ। ਇਹ ਮੈਂ ਬਿਆਨ ਕਰਨੇ ਕੀ ਕੋਸ਼ਿਸ਼ ਕਰ ਰਿਹਾ ਥਾ, ਸਾਈਕਲ ਆਪਕੋ ਜ਼ਿਆਦਾ ਦਿਖ ਰਹੇ ਹੈ, ਗਾੜੀਆਂ ਥੋੜ੍ਹੀ ਸੀ ਕਮ ਇੱਧਰ। ਮੈਂ ਬੈਲਜੀਅਮ ਇੱਕ ਵਾਰੀ ਪਹਿਲਾਂ ਆਇਆ ਸਾਂ, ਅਤੇ ਮੈਂ ਅੱਗੇ ਭਾਈ ਨੂੰ ਦੱਸ ਕੇ ਉੱਡਿਆ ਕਿ ਮੇਰੇ ਬੈਲਜੀਅਮ ਬਾਰੇ ਕੋਈ ਬਹੁਤੇ ਚੰਗੇ ਵਿਚਾਰ ਨਹੀਂ ਹੈਗੇ, ਪਤਾ ਨਹੀਂ ਰੱਬ ਸਵਾਬੀ। ਮੈਂ ਤੁਹਾਨੂੰ ਦੱਸ ਕੇ ਉੱਡਿਆ ਵੀ ਉਦੋਂ ਜਿਹੜੇ ਅਸੀਂ ਏਰੀਏ ਦੇ ਵਿੱਚ ਗਏ ਸੀ ਉਹ ਏਰੀਆ ਇੱਕ ਤਾਂ ਗੰਦਾ ਬਹੁਤ ਸੀ ਏਰੀਆ, ਆਪਾਂ ਕਿਸੇ ਇੱਕ ਸ਼ਹਿਰ ਦੀ ਗੱਲ ਨਹੀਂ ਕਰ ਰਹੇ, 100-200 ਕਿਲੋਮੀਟਰ ਦਾ ਏਰੀਆ ਸੀ ਜੀ ਜੀ, ਅਤੇ ਸੜਕਾਂ ਬੜੀਆਂ ਟੁੱਟੀਆਂ ਜੀ, ਅਤੇ ਮੈਂ ਉਦੋਂ ਤੋਂ ਮੇਰਾ ਜਿਹੜਾ ਸਭ ਤੋਂ ਲੀਸਟ ਫੇਵਰੇਟ ਕੰਟਰੀ ਸੀ ਉਹ ਬੈਲਜੀਅਮ ਸੀ, ਪਰ ਭਾਜੀ ਹੁਣਾਂ ਨੂੰ ਪਸੰਦ ਬਹੁਤ ਹੈ। ਮੈਂ ਬੈਲਜੀਅਮ ਮੇਰਾ ਖਿਆਲ ਹੈ 2-3 ਵਾਰੀ ਪਹਿਲੇ ਵੀ ਆ ਚੁੱਕੇ ਹਾਂ, ਮੈਨੂੰ ਬਹੁਤ ਪਸੰਦ ਸੀ। ਸੋ ਚੌਥੇ ਨੰਬਰ 'ਤੇ ਬੈਲਜੀਅਮ ਰੱਖਦਾ ਵਾਂ ਯੂਰਪ ਦੇ ਵਿੱਚ, ਹਾਂ ਜਰਮਨੀ ਫਿਨਲੈਂਡ, ਕਿਉਂਕਿ ਮੈਨੂੰ ਇੱਥੇ ਦੇ ਲੋਕ ਸੇਮ ਜਰਮਨੀ ਵਾਂਗੂ ਆ। ਓਕੇ 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 ਦੇਖਦੇ ਹਾਂ ਜੀ, ਹੁਣ ਇੱਥੇ ਤਾਂ ਮਾਹੌਲ ਉਹਦੇ ਕਹਿਣਗੇ ਇੱਕ ਨੰਬਰ ਆ, ਉਹ ਕੀ ਕਹਿੰਦੇ ਸੋਹਣਾ ਮਾਹੌਲ ਆ, ਇੱਕ ਨੰਬਰ 'ਚ ਆਵਾਂਗੇ ਹੈਗੀ ਨਾ, ਕਿ ਰੀਲ ਜੀ ਬੜੀ ਚੱਲਦੀ ਰਹੀ ਹੈ। ਲੱਗ ਪਿਆ ਜੇ ਬੈਲਜੀਅਮ ਚੰਗਾ ਲੱਗਣ, ਥੋੜ੍ਹਾ 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 ਨਹੀਂ, ਵਾਹਵਾ ਜੀ ਬਹੁਤ ਸੋਹਣਾ।
ਜਿਹੜੇ ਸ਼ਹਿਰ ਆਏ ਉਹਦਾ ਨਾਂ ਹੀ ਹੈਗਾ ਘੈਂਟ, ਅਤੇ ਘੈਂਟ ਤਾਂ ਫਿਰ ਆਪਣੇ ਨਾਮ ਦਾ ਉਹਦੀ ਆਪਣੇ ਨਾਮ ਦੀ ਲਾਜਤ ਰੱਖੂਗਾ ਹੀ ਨਾ। ਉਹ ਤੇਰੀ ਸੂਰਤ ਹਰ ਦੇਖਦਾ ਵੀ ਕੋਈ ਕੋਈ ਮੁਲਕ ਆ ਜਿਹਨਾਂ ਦੋਵਾਂ ਮੁਲਕਾਂ ਦਾ ਆਰਕੀਟੈਕਚਰ ਜਿਹਾ ਰਲਦਾ, ਬਹੁਤਿਆਂ ਦਾ ਡਿਫਰੈਂਟ, ਹਰੇਕ ਦਾ ਡਿਫਰੈਂਟ ਜਾਈ ਆ। ਬੈਲਜੀਅਮ ਦੇ ਵਿੱਚ ਆਹ ਕੰਮ ਇੱਦਾਂ ਦੀਆਂ ਅੱਟਾਂ ਹੀ ਆ, ਪੁਰਾਣਾ ਜਿਹਾ ਇੱਦਾਂ ਦਾ ਰੱਖੀ ਜਾਂਦੇ ਰਹਿੰਦੇ ਆ। ਕੁਝ ਕਿਸੇ ਨੀਦਰਲੈਂਡ ਦੇ ਵਿੱਚ ਵੀ ਇੱਦਾਂ ਹੀ ਆ, ਨੀਦਰਲੈਂਡ ਦਾ ਅਤੇ ਬੈਲਜੀਅਮ ਦਾ ਕੁਝ ਕੁਝ ਰਲਦਾ। ਅਸੀਂ ਨਿਕਲੇ ਸ਼ਹਿਰ ਘੁੰਮਣ, ਪਰ ਪਹਿਲਾਂ ਹੀ ਕੋਈ ਖਾਣਾ ਮੈਂ ਭਾਈ ਨੂੰ ਆ ਰਿਹਾ, ਆਉਂਦੇ ਰੈਸਟੋਰੈਂਟ 'ਤੇ ਨਹੀਂ ਜਾਣਾ ਆਪਾਂ, ਉਹਦੇ ਜਾਣ ਫੋਟੋ ਲਾਈ ਆ ਉੱਥੇ, ਉਹਨਾਂ ਨੂੰ ਟਰੇ ਚੱਕਣੀ ਨਹੀਂ, ਉਹਦੀ ਟਰੇ ਉਹਦੀ ਟੇਢੀ ਆ ਅਤੇ ਆਪਣੇ ਪੂਰੇ ਡਰਿੰਕਾਂ ਸਿੱਟ ਦੂਗੀ। ਸੋ ਇੱਥੇ ਆਪਾਂ ਨਹੀਂ ਜਾਣਾ। ਕਲਰ ਕੰਬੀਨੇਸ਼ਨ ਵੇਖੋ ਕਿੱਡਾ ਵਧੀਆ ਹੈ ਨਾ, ਉਹ ਮਸਟਰਡ ਜਿਹਾ। ਉੱਦਾਂ ਅਸੀਂ ਵੀ ਕੁਝ ਰੈਸਟੋਰੈਂਟਾਂ 'ਤੇ ਯੂਜ਼ ਕਰਦੇ ਹਾਂ ਬਲੈਕ ਐਂਡ ਮਸਟਰਡ ਕਲਰ, ਪਰ ਇਹ ਡਿਫਰੈਂਟ ਤਰੀਕੇ ਨਾਲ ਕੀਤਾ ਗਿਆ, ਬਾਰੀਆਂ ਨੂੰ ਮਸਟਰਡ ਅਤੇ ਬਾਕੀ ਬਲੈਕ, ਸੋਹਣਾ ਲੱਗ ਰਿਹਾ। ਇੱਦਾਂ ਨਹੀਂ ਪਤਾ ਲੱਗਦਾ ਜੇ ਇੱਥੇ ਕੈਮਰਾ ਰੱਖਾਂ ਤਾਂ ਪਤਾ ਨਹੀਂ ਲੱਗਦਾ ਵੀ ਕਿੱਡੀ ਤਕੜੀ ਹੈ। ਇੱਥੇ ਹੁਣ ਭਾਈ ਉਹਨਾਂ ਹਿਸਾਬ 'ਤੇ ਲਾਓ, ਆਹ ਬਾਰੀਆਂ ਹੀ ਮੈਨੂੰ ਲੱਗਦੀਆਂ ਹੋਣੀਆਂ ਵਾ, ਬਹੁਤੀਆਂ ਨਹੀਂ ਤਾਂ 30-40 ਫੁੱਟ ਦੀ ਬਾਰੀਆਂ ਹੀ ਆ। ਤੀਹ ਚਾਲੀ ਫੁੱਟ ਤੋਂ ਕਿਤੇ ਜ਼ਿਆਦਾ ਮੈਨੂੰ ਲੱਗਦੀਆਂ ਬਾਰੀਆਂ। ਇਹ ਮੈਨੂੰ ਲੱਗਦਾ ਵਾ 3-4 ਜ਼ਿਆਦੀਆਂ, ਇਹ ਮੈਨੂੰ ਲੱਗਦਾ 50-50 ਕੁ ਫੁੱਟ ਦਾ ਹੋਣਾ ਆੜੀ ਬਾਰੀ। ਮੈਂ ਜਿੱਦਾਂ ਭਾਈ ਨੂੰ ਦੱਸ ਰਿਹਾ ਨੀਗਾ ਜਦੋਂ ਮੈਂ ਆਇਆ ਹਾਂ ਪਹਿਲੀ ਵਾਰੀ ਵੀ ਮੈਨੂੰ ਬੈਲਜੀਅਮ ਪਸੰਦ ਨਹੀਂ ਆਇਆ, ਤਾਂ ਵੇਖ ਲਓ ਬਾਬਾ ਆਪੋ ਆਪਣੀ ਪਸੰਦ ਦੀ ਗੱਲ ਹੁੰਦੀ ਹੈ। ਭਾਅ ਜੀ ਕਹਿੰਦੇ ਮੈਨੂੰ ਇਟਲੀ ਨਹੀਂ ਪਸੰਦ ਆਇਆ, ਤਾਂ ਮੈਨੂੰ ਇਟਲੀ ਬਹੁਤ ਜ਼ਿਆਦਾ ਪਸੰਦ। ਸੋ ਸਭ ਦਾ ਆਪੋ ਆਪਣਾ ਟੇਸਟ। ਅਤੇ ਚਰਚ ਇਹ ਵੀ ਦੇਖਦੇ ਹਾਂ ਵੀ ਕਦੋਂ ਕਦੀ ਕੀ ਇਹਦਾ ਇਤਿਹਾਸ ਆ ਜੀ। ਆਹ ਪਾਰਕਿੰਗ ਦਾ ਨਾਮ ਲਿਖਿਆ ਨਾ, ਇਹੋ ਹੀ ਚਰਚ ਦਾ ਨਾਮ ਆ, ਅਤੇ ਉਹ ਥੋੜ੍ਹਾ ਜਿਹਾ ਚੱਲ ਹੁਣ ਗੈਸ ਹੋ ਜਾਂਦਾ ਹੁੰਦਾ ਵੀ ਜਿਹੜਾ SINT ਲਿਖਿਆ ਸਾਇੰਟ ਹੋਣਾ, ਅਤੇ ਜਿਹੜਾ ਮਿਚਲ ਹੈ ਨਾ ਉਹ ਮਾਈਕਲ ਨੇਮ ਹੋਣਾ ਵਾ। ਸੋ ਜਿਹੜੀ ਮਾਲੂਮਾਤ ਆਪਾਂ ਇੰਟਰਨੈਟ ਤੋਂ ਲੱਭੀ ਆ, ਇਹ ਚਰਚ ਹੈਗੀ ਆ ਸੈਂਟ ਮਾਈਕਲ ਉਹਨਾਂ ਦੇ ਯਾਦ ਦੇ ਵਿੱਚ। ਅਤੇ ਸੈਂਟ ਮਾਈਕਲ, ਮੈਨੂੰ ਹੈਰਾਨੀ ਹੋਈ ਕਿ ਨੋਟ ਜਸਟ ਕ੍ਰਿਸਚਨ ਧਰਮ ਦੇ ਵਿੱਚ, ਜੂਸ਼ ਧਰਮ ਦੇ ਵਿੱਚ ਅਤੇ ਇਸਲਾਮਿਕ ਧਰਮ ਦੇ ਵਿੱਚ ਵੀ ਉਹਨਾਂ ਦੀ ਬਹੁਤ ਮਾਨਤਾ ਵਾ, ਅਤੇ ਇਹਨਾਂ ਨੂੰ ਮੈਨਸ਼ਨ ਵੀ ਕੀਤਾ ਗਿਆ ਬਾਈਬਲ ਦੇ ਵਿੱਚ, ਇਹਨਾਂ ਦੀ ਮੈਨਸ਼ਨ ਹੈਗਾ। ਅਤੇ ਇਹਨਾਂ ਨੂੰ ਉਹਦੇ ਵਿੱਚ ਕਹਿੰਦੇ ਵੀ ਇਹਨਾਂ ਨੂੰ ਕਿਹਾ ਜਾਂਦਾ ਸਮਨ ਹੂਜ਼ ਲਾਈਕ ਗੋਡ, ਸੋ ਆਫਟਰ ਗੋਡ ਕਹਿੰਦੇ ਵੀ ਬਹੁਤ ਇੰਪੋਰਟੈਂਟ ਫਿਗਰ ਹੈ। ਅਤੇ ਇਹਨਾਂ ਨੂੰ ਜਿਹੜੀਆਂ ਰੱਬ ਦੀਆਂ ਕਹਿੰਦੇ ਵੀ ਰੱਬ ਦੀ ਆਰਮੀ ਹੈ ਜਿਹੜੀ ਸਵਰਗਾਂ ਦੇ ਵਿੱਚ ਰਹਿੰਦੀ ਆ, ਆਸਮਾਨਾਂ ਦੇ ਵਿੱਚ ਰਹਿੰਦੀ ਆ, ਉਹਦਾ ਕਮਾਂਡਰ ਵੀ ਮੰਨਿਆ ਜਾਂਦਾ। ਅਤੇ ਇਹੋ ਹੀ ਕਹਿੰਦੇ ਵੀ ਐਡਮ ਅਤੇ ਈਵ ਨੂੰ ਈਡਨ ਦੇ ਗਾਰਡਨ ਤੋਂ ਬਾਹਰ ਲੈ ਕੇ ਆਏ ਸੀ ਦੁਨੀਆ ਜਿਸ ਤੋਂ ਚਾਲੂ ਹੋਈ। ਸੋ ਇਹ ਉਹਨਾਂ ਦੀ ਸਾਰੀ ਇੰਪੋਰਟੈਂਸ ਆ ਜੀ ਉਹਨਾਂ ਦੀ ਯਾਦ ਦੇ ਵਿੱਚ। ਅਤੇ ਚਰਚ ਕੋਈ 1400 ਯਾਨੀ ਕਿ 14ਵੀਂ ਤੋਂ 15ਵੀਂ ਸਦੀ ਦੇ ਵਿੱਚ ਬਣਨੀ ਸ਼ੁਰੂ ਹੋਈ ਸੀ ਇਹ। ਸੋ ਇਹ ਕਹਿੰਦੇ ਵੀ ਇਹ ਕਈ ਵਾਰੀ ਇੱਥੇ ਵਿਚਾਰੀ 'ਤੇ ਬੜੇ ਝੱਖੜ ਵੀ ਝੁੱਲੇ ਆ, ਝੱਖੜ ਝੁੱਲੇ ਵੀ ਇਹ ਕਈ ਵਾਰੀ ਤਬਾਹ ਤਬੂਹ ਵੀ ਹੋਈ ਆ ਇਹ ਵੱਖ ਵੱਖ ਲੜਾਈਆਂ ਦੇ ਵਿੱਚ, ਪਰ ਇਹਦੀ ਵਾਰ ਵਾਰ ਰੀਸਟੋਰੇਸ਼ਨ ਕਰ ਦਿੱਤੀ ਗਈ। ਵੇਖੋ ਜੀ ਇਸ ਸੁੰਦਰਤਾ ਨੂੰ, ਲੱਗਦਾ ਕਿ ਨਹੀਂ ਕੋਈ ਪਰੀਆਂ ਦਾ ਦੇਸ਼। ਉਹ ਰੰਗ ਗ੍ਰੇ ਜਿਹਾ, ਪੁਰਾਤਨਤਾ ਸਾਰਾ ਕੁਛ। ਸੋ ਇਹ ਜਿਹੜਾ ਸਾਰਾ ਹੀ ਏਰੀਆ ਜਿਹਾ, ਇਹ ਸੈਂਟ ਮਾਈਕਲ ਜੀ ਹੁਣਾਂ ਨੂੰ ਹੀ ਸਮਰਪਿਤ ਆ। ਅਤੇ ਬ੍ਰਿਜ ਵੇਖੋ ਕਿੱਡਾ ਸੋਹਣਾ, ਤਾਂ ਪਰਲੀ ਸਾਈਡ ਦਾ ਵੀ ਤੁਹਾਨੂੰ ਵਿਊ ਦਿਖਾਉਣਾ। ਸੋ ਆਹ ਸਾਰੀ ਚਰਚ ਹੀ ਆ ਰਹੀ ਹੈ ਜਿਹੜੀ, ਇੱਧਰ ਦੇਖੋ ਬਹੁਤ ਹਸੀਨ ਪਰਲੀ ਸਾਈਡ ਦੇਖੋ। ਯੂਰਪ ਯਾਰ ਜੋ ਮਰਜ਼ੀ ਹੈ, ਯੂਰਪ ਵਰਗਾ ਕੰਟੀਨੈਂਟ ਨਹੀਂ ਹੈਗਾ ਯਾਰ ਇਹ, ਕੋਈ ਇਸ ਕਰਕੇ ਨਹੀਂ ਮੈਂ ਇੱਥੇ ਰਹਿ ਰਿਹਾ। ਵਾਕਈ ਯਾਰ ਜਿਹੜੀ ਬਿਊਟੀ ਹੈ ਨਾ, ਨਹੀਂ ਹੋਰ ਕੰਟਰੀਆਂ ਐਗਜ਼ਿਸਟ ਕਰਦੀ ਜਿਹੜੀ, ਦੇਖੋ ਘੁੰਮਣਾ ਚਾਹੀਦਾ, ਘੁੰਮਣ ਵਾਲੀ ਜਗ੍ਹਾ ਮਹਾਰਾਜ। ਬਹੁਤ ਸਫਾਈ ਵੀ ਹੈ। ਮੈਂ ਜਦੋਂ ਪਹਿਲੀ ਵਾਰੀ ਬੈਲਜੀਅਮ ਆਇਆ ਜਿਹੜੇ ਮੈਂ ਹਿੱਸੇ ਗਿਆ ਹਾਂ, ਉਦੋਂ ਬ੍ਰਸਲਸ ਦੇ, ਤਾਂ ਮੈਨੂੰ ਇਸੇ ਕਰਕੇ ਨਹੀਂ ਪਸੰਦ ਆਇਆ, ਗੰਦ ਬਹੁਤ ਸੀ ਅਤੇ ਇਹ ਸਾਫ਼ ਬਹੁਤ ਆ। ਸੋ ਜੋ ਮੇਰਾ ਪਹਿਲਾ ਐਕਸਪੀਰੀਅੰਸ ਸੀ
ਬੈਲਜੀਅਮ ਦੇ ਬਾਰੇ ਇਹ ਐਗਜ਼ੈਕਟਲੀ ਉਸ ਤੋਂ ਆਪੋਜ਼ਿਟ ਹੈ ਉਦੋਂ ਮੈਨੂੰ ਬਿਲਕੁਲ ਪਸੰਦ ਨਹੀਂ ਆਇਆ ਅੱਜ ਮੈਨੂੰ ਬਹੁਤ ਬਹੁਤ ਸੋਹਣਾ ਲੱਗ ਰਿਹਾ ਹੈ ਸਾਰਾ ਹਿੱਸਾ ਮੈਂ ਨਾ ਕਈ ਵਾਰੀ ਸੋਚਦਾ ਨਾ ਪਤਾ ਨਹੀਂ ਇਹਨਾਂ ਦੇ ਕੰਨ ਦੇ ਵਿੱਚ ਕਿੰਨੇ ਫੂਕ ਮਾਰਤੀ ਕੋਈ 5000 ਸਾਲ ਪਹਿਲਾਂ ਹੀ ਵੀ ਉਹ ਇਹ ਢਾਇਓ ਨਾ ਵੀ ਤੁਸੀਂ ਆਪਣੇ ਨਿਆਣਿਆਂ ਨੂੰ ਦੱਸੀ ਜਾਇਓ ਵੀ ਇਹ ਸਾਂਭ ਸਾਂਭ ਰੱਖੀ ਆਇਓ ਢਾਇਓ ਨਾ ਇੱਕ ਟੈਕਨੋਲੋਜੀ ਆਈ ਵੀ ਇਹਨਾਂ ਕੋਈ ਪਹਿਲਾਂ ਹਰੇਕ ਤਰ੍ਹਾਂ ਦੀਆਂ ਨਵੀਂ ਤਰੀਕੇ ਦੀਆਂ ਬਣਾਉਣ ਦੀਆਂ ਦੀਵਾਰਾਂ ਏਸੀ ਹੀਟਰ ਸਾਰਾ ਕੁਛ ਇਹਨਾਂ ਕੋਲ ਪਹਿਲਾਂ ਆਇਆ ਅਤੇ ਇਹਨਾਂ ਨੇ ਤਾਂ ਵੀ ਇਹ ਪੁਰਾਤਨ ਸਾਂਭ ਸਾਂਭ ਕੇ ਰੱਖਿਆ ਅਤੇ ਆਪਾਂ ਜੋ ਜੋ ਚੀਜ਼ ਨਵੀਂ ਆਈ ਗਈ ਆਪਾਂ ਢਾਈ ਗਏ ਮੈਂ ਉਹਦੇ ਵਿੱਚ ਬਹੁਤਾ ਕਸੂਰ ਮੰਨਦਾ ਵਾਂ ਆਈ ਥਿੰਕ ਆਪਣੇ ਉੱਤੇ ਜਿਹੜਾ ਗੋਰਿਆਂ ਨੇ ਰਾਜ ਕੀਤਾ ਨਾ ਸ਼ਾਇਦ ਉਹਦੇ ਕਰਕੇ ਸਾਡੀ ਮੈਂਟੈਲਿਟੀ ਇੱਦਾਂ ਦੀ ਹੋ ਗਈ ਕਿ ਜੋ ਗੋਰਿਆਂ ਦਾ ਵਾ ਉਹ ਚੰਗਾ ਵਾ ਅਤੇ ਅਸੀਂ ਜੋ ਜਿਸ ਤਰ੍ਹਾਂ ਦਾ ਲਾਈਫ ਸਟਾਈਲ ਇੰਡੀਆ ਦੇ ਵਿੱਚ ਗੋਰੇ ਜਿਉਂ ਰਹੇ ਸੀ ਨਾ ਅਸੀਂ ਉਹਨੂੰ ਮੇ ਬੀ ਮੈਚਿੰਗ ਕਰਨ ਦੇ ਚੱਕਰ ਦੇ ਵਿੱਚ ਅਸੀਂ ਸਾਨੂੰ ਆਪਣਾ ਜੋ ਸਾਡੇ ਘਰ ਬਾਰ ਸੀ ਸਾਨੂੰ ਉਹ ਲੱਗਦਾ ਸੀ ਕਿ ਅਸੀਂ ਸ਼ਾਇਦ ਉਹ ਚੰਗੇ ਨਹੀਂ ਹੈਗੇ ਅਸੀਂ ਉਹਨਾਂ ਦੀ ਰੀਸ ਕਰਨ ਦੇ ਚੱਕਰ ਦੇ ਵਿੱਚ ਹਨੇਰੀ ਉਠਾਈ ਗਏ ਅਤੇ ਇੱਥੋਂ ਰਹਿਣ ਵਾਲਿਆਂ ਨੂੰ ਆਈ ਥਿੰਕ ਵੀ ਇਹਨਾਂ 'ਤੇ ਰਾਜ ਘੱਟ ਹੋਇਆ ਵਾ ਕਈਆਂ ਕੰਟਰੀਆਂ ਦਾ ਆਲਮੋਸਟ ਹੋਇਆ ਹੀ ਨਹੀਂ ਗਾ ਅਤੇ ਇਹ ਸ਼ਾਇਦ ਇਸੇ ਕਰਕੇ ਹੀ ਵੀ ਇਹਨਾਂ ਨੂੰ ਆਪਣਾ ਜੋ ਵੀ ਹੈਗਾ ਸੀ ਹੈਰੀਟੇਜ ਉੱਤੇ ਮਾਣ ਸੀ ਇਹ ਉਹਨੂੰ ਸਾਂਭ ਸਾਂਭ ਰੱਖੀ ਗਿਆ ਇਹਨਾਂ ਦਾ ਜੋ ਵੀ ਸਟਾਈਲ ਸੀ ਚਾਹੇ ਨੰਗਾ ਸੀ ਚਾਹੇ ਧੜੰਗਾ ਸੀ ਚਾਹੇ ਬੁੱਤਾਂ ਦੇ ਉੱਪਰ ਕੱਪੜੇ ਨਹੀਂ ਸੀ ਨੰਗੇ ਬੁੱਤ ਸੀ ਇਹਨਾਂ ਨੂੰ ਉੱਤੇ ਵੀ ਮਾਣ ਸੀ ਸੋ ਸਾਂਭੀ ਗਏ ਸੋ ਕਈ ਵਜ੍ਹਾ ਇਹਦੇ ਬਾਰੇ ਤਾਂ ਇਹਨੂੰ ਬਹੁਤੀ ਇਤਿਹਾਸ ਦੀ ਜਾਣਕਾਰੀ ਹੋਵੇ ਅਤੇ ਸਾਈਕੋਲੋਜੀ ਦਾ ਵੀ ਗਿਆਨ ਹੋਵੇ ਉਹ ਉੱਤੇ ਦੱਸ ਸਕਦਾ ਵੀ ਇਹ ਲੋਕਾਂ ਨੇ ਇਹ ਰਾਹ ਕਿਉਂ ਚੁਣਿਆ ਅਤੇ ਅਸੀਂ ਵੱਖਰਾ ਰਾਹ ਕਿਉਂ ਚੁਣਿਆ ਕਿੰਨਾ ਹਸੀਨ ਆ ਯਾਰ ਇਹ ਸਾਰਾ ਹੀ ਸਨਸੈੱਟ ਹੋ ਰਿਹਾ ਵਾ ਰੰਗ ਅਸਮਾਨ ਛੱਡ ਰਿਹਾ ਵਾ ਆਪਣੇ ਅਤੇ ਆਹ ਆਲੇ ਦੁਆਲੇ ਨੇ ਚਾਰ ਚੰਦ ਲਾਏ ਆ ਸੋ ਇਹ ਆ ਜੀ ਇਹ ਵੀ ਇੱਕ ਸੰਤ ਨੇ ਜਿਨ੍ਹਾਂ ਦੀ ਲੱਗੀ ਆ ਫੋਟੋ ਇਹਨਾਂ ਦਾ ਨਾਂ ਹੈਗਾ ਸੈਂਟ ਜੈਕਸਬਰਗ ਅਤੇ ਇਹ ਕਹਿੰਦੇ ਫੋਲੋਵਰ ਹੈਗੇ ਸੀ ਸੈਂਟ ਜੇਮਸ ਦੇ ਅਤੇ ਸੈਂਟ ਜੇਮਸ ਅਗਵਾਈ ਕਰਦੇ ਹੁੰਦੇ ਸੀ ਪਿਲੀਗ੍ਰਾਮ ਦੀ ਜਿਹੜੇ ਸ਼ਰਧਾਲੂ ਜਾਂਦੇ ਆ ਤੁਰ ਕੇ ਉਹਨਾਂ ਦੀ ਅਤੇ ਇਹ ਇੱਥੋਂ ਜਾਂਦੇ ਹੁੰਦੇ ਸੀ ਇੱਕ ਸਪੇਨ ਦੇ ਵਿੱਚ ਮਸ਼ਹੂਰ ਕਮੀਨੋ ਦੇ ਸੰਤਿਆਗੋ ਉੱਥੇ ਜਾਂਦੇ ਹੁੰਦੇ ਸੀ ਅਤੇ ਇਹ ਇਹਨਾਂ ਦੀ ਯਾਦ ਦੇ ਵਿੱਚ ਚਰਚ ਬਣੀ ਹੈ ਜਿਹੜੀ ਕਿ 12ਵੀਂ ਸਦੀ ਦੀ ਬਣੀ ਆ ਉਹ ਆਈ ਥਿੰਕ ਉਹ ਵਾਲੀ ਆ ਆਪਾਂ ਵਿਖਾ ਰਹੇ ਹਾਂ ਇਸ ਵੇਲੇ ਚਰਚ ਆਪਾਂ ਹਾਂ ਤੁਸੀਂ ਆ ਵਧੀਆ ਪੁਆਇੰਟ ਕੀਤਾ ਆਪਾਂ ਵਿਖਾ ਰਹੇ ਹਾਂ ਗੈਂਟ ਉਹਦੇ ਵਿੱਚ ਆ ਰਹੀਆਂ ਚਰਚਾਂ ਜਿਨ੍ਹਾਂ ਨੂੰ ਆਪਾਂ ਵਿਖਾ ਰਹੇ ਹਾਂ ਆਪਣਾ ਮਕਸਦ ਇੱਥੇ ਆ ਕੇ ਲੋਕਾਂ ਨੂੰ ਸਪੈਸੀਫਿਕਲੀ ਚਰਚਾਂ ਦਿਖਾਉਣਾ ਨਹੀਂ ਗਾ ਇੱਕ ਵਾਰੀ ਮੈਨੂੰ ਇੱਕ ਵਾਰੀ ਕਮੈਂਟ ਆ ਗਿਆ ਸੀ ਇੱਕ ਕਹਿੰਦਾ ਚਰਚਾਂ ਹੀ ਵਿਖਾਉਂਦੇ ਰਹਿੰਦੇ ਗੁਰੂ ਘਰ ਵੀ ਵਿਖਾ ਦਿਆ ਕਰੋ ਹੁਣ ਯਾਰ ਇੱਥੇ ਹੁਣ ਭਾਅ ਜੀ ਹੈ ਨਹੀਂ ਕਿੱਥੋਂ ਦਿਖਾ ਦਈਏ ਅਤੇ ਹੁਣ ਆਹ ਵੀਰ ਹੋਣੇ ਆ ਇਹ ਵੀ ਚਰਚਾਂ ਦੀ ਰਿਕਾਰਡਿੰਗ ਕਰ ਰਹੇ ਅਤੇ ਇਹਨਾਂ ਨੇ ਪਾਕਿਸਤਾਨ ਦੇ ਸਾਰੇ ਗੁਰੂ ਘਰ ਲਿਸਟ ਕੀਤੇ ਉਹਨਾਂ ਦੀ ਹਿਸਟਰੀ ਇੱਕ ਬੁੱਕ ਵੀ ਤੁਸੀਂ ਲਿਖੀ ਹੈ ਹਾਂਜੀ ਕਿਹੜੀ ਬੁੱਕ ਲਿਖੀ ਸੀ ਡਾਕਟਰ ਦਲਵੀਰ ਸਿੰਘ ਪੰਨੂ ਨੇ ਲੋਸਟ ਹੈਰੀਟੇਜ ਬਿਯੋਂਡ ਦਾ ਬਾਰਡਰਸ ਦਾ ਲੋਸਟ ਹੈਰੀਟੇਜ ਬਿਯੋਂਡ ਦਾ ਬਾਰਡਰ ਜਿਹੜੀ ਫੋਟੋਗ੍ਰਾਫੀ ਸੀ ਉਹ ਅਸੀਂ ਕੀਤੀ ਫਿਰ ਉਸ ਤੋਂ ਬਾਅਦ ਅਸੀਂ ਵੀਡੀਓਗ੍ਰਾਫੀ ਵੀ ਕੀਤੀ ਉਹਦੇ ਕੁਝ ਐਪੀਸੋਡ ਡਿਸਕਵਰ ਪਾਕਿਸਤਾਨ ਤੇ ਸਤਿ ਸ੍ਰੀ ਅਕਾਲ ਪਾਕਿਸਤਾਨ ਦੇ ਨਾਮ ਦੇ ਨਾਲ ਉਹ ਪ੍ਰੋਗਰਾਮ ਅਸੀਂ ਕੀਤਾ ਫਿਰ ਉਸ ਤੋਂ ਇਲਾਵਾ ਪੰਜਾਬੀ ਲਹਿਰ ਦੇ ਸਾਡੇ ਤਕਰੀਬਨ ਪਾਕਿਸਤਾਨ ਦੇ ਅਸੀਂ ਮਾਲਕ ਨੇ ਕਰਾਏ ਸਾਡੀ ਕੀ ਔਕਾਤ ਹੈ ਪਰ ਕੋਈ 50% ਦੇ ਕਰੀਬ ਕਰੀਬ ਆਪਾਂ ਸਥਾਨ ਰਿਕਾਰਡ ਕੀਤੇ 50% ਜਿਹੜੇ ਸੀਗੇ ਉਹ ਥੋੜ੍ਹੇ ਜਿਹੇ ਦੂਰ ਸੀ ਉਹ ਵੀ ਸਾਡਾ ਪਲੈਨ ਸੀ ਲੇਕਿਨ ਰਹਿ ਗਏ ਹੁਣ ਤੁਹਾਡੀ ਗੱਲ 'ਤੇ ਮੈਂ ਆਉਂਦਾ ਦੇਖੋ ਭਾਅ ਜੀ ਹੁਣ ਜਿੱਦਾਂ ਆਪਾਂ ਫਿਰ ਰਹੇ ਹਾਂ ਇਹ ਚੀਜ਼ਾਂ ਆਪਾਂ ਇਹਨਾਂ ਤੋਂ ਸਿੱਖ ਰਹੇ ਹਾਂ ਹਾਂ ਸਹੀ ਗੱਲ ਅਸੀਂ ਜਿੱਥੇ ਪੈਦਾ ਹੋਏ ਸਾਡਾ ਕੋਈ ਕਮਾਲ ਵੀ ਨਹੀਂ ਸੀ ਅਤੇ ਸਾਡੀ ਕੋਈ ਉਹ ਵੀ ਨਹੀਂ ਸੀ ਕਿ ਅਸੀਂ ਉੱਥੇ ਹੀ ਪੈਦਾ ਹੋਣਾ ਚਾਹੁੰਦੇ ਸੀ ਇਹਨਾਂ ਲੋਕਾਂ ਦਾ ਕੋਈ ਕਮਾਲ ਨਹੀਂ ਗੋਰਿਆਂ ਦਾ ਇਹ ਇਹਨਾਂ ਦੇ ਘਰਾਂ 'ਚ ਪੈਦਾ ਹੋਏ ਆ ਠੀਕ ਹੈ ਹੁਣ ਅਸੀਂ ਕੀ ਕਰਨਾ ਹੈ ਕਿ ਅਸੀਂ ਇੱਥੇ ਆਏ ਹਾਂ ਯੂਰਪ 'ਚ ਅਸੀਂ ਇਹਨਾਂ ਤੋਂ ਸਿੱਖ ਰਹੇ ਹਾਂ ਕੀ ਸਿੱਖ ਰਹੇ ਹਾਂ
साफ किदा रहना, लड़ाई झगड़े किदा नहीं करने, किदा नहीं करने वह अपना सीखने। क्योंकि देखो मेरा मकसद तुहाडा मकसद यूरोप दे विच, तुहाडी हुण जिंदगी यूरोप दे विच है, तुहाडा मकसद जो भी है मैनू नहीं पता, पर मेरा मकसद ये है कि मेरे जिहड़े वेखण वाले लोग ने ज्यादा पाकिस्तान के पिंड के लोग, मैं उन्होंने विखाना चाहना कि ये यूरोप के 27-28 मुल्क इकट्ठे रह रहे हैं, इन्हों की आपस जंगा भी चलिया ने, आपस बहुत इन्होंने प्रॉब्लम हो रही है। नहीं ओही ना सानू हुण कोई मैनू भरावो किसी ने किसी गवर्नमेंट ने पैसे थोड़ी दिते भी साडा धर्म फैला जा, मैं क्रिश्चियन हाँ। सो जो चीज़ सामने आउंदी है तो गल ओही है ना भी जदों कोई एड्डी सोहनी इमारत स्टिल वो एक फर्म पोजिशन दे विच देखी दी, चंगी पोजिशन दे विच देखी दी, तो जदों नू वेखी दा भी ये बनी नू 1000 साल हो गया तो यार कमाल तो मूँह निकलता ही है ना। ਆਪਾਂ ਇਹ ਨਹੀਂ ਕਹਿ ਰਹੇ ਕਿ ਆਪਾਂ ਸਿਰਫ ਬਾਹਰ ਨੂੰ ਵੇਖ ਵੇਖ ਕੇ ਆਪਣੀ ਸਾਈਡ ਵੱਲ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ, ਬਸ ਜਿਵੇਂ ਜਿਵੇਂ ਕੁਛ ਵੇਖੀ ਜਾਈਦਾ ਵਾ, ਜੋ ਇਨਸਾਨੀ ਸੁਭਾਅ ਵਾ ਉਹਦੇ ਹਿਸਾਬ ਨਾਲ ਰਿਐਕਟ ਕਰੀ ਜਾਈਦਾ ਵਾ। ਸੋ ਇਹੋ ਹੀ ਦੋ ਕੁ ਚੀਜ਼ਾਂ ਵਾ। ਠੀਕ ਹੈ ਜੀ, ਜਸ ਚੈੱਕ ਕੀਤਾ ਇੰਟਰਨੈਟ ਦੇ ਉੱਤੇ, ਸੋ ਇਹ ਕਿਹੜਾ ਵੀ ਕੋਈ 11th-12th century ਦੇ ਵਿੱਚ ਬਣਿਆ ਜੇ ਜਿਹੜਾ, ਅਤੇ ਮੈਨੂੰ ਉਹੋ ਜਿਹੇ ਸਟੈਚੂ ਨਾ ਗ੍ਰੀਕ ਗੋਡ ਔੜੀ ਆਪਣੇ ਨਾ ਕੁਝ ਚੀਜ਼ਾਂ ਬਾਕੀ, ਹੁਣ ਵੇਖੋ ਆਪਾਂ ਕਿੰਨੀਆਂ ਬੁਰਾਈਆਂ ਕੀਤੀਆਂ, ਆਪਾਂ ਕੁਝ ਚੀਜ਼ਾਂ ਦੀ ਨਾ ਔੜੇ ਤਰੀਕੇ ਨਾਲ ਮਾਰਕੀਟਿੰਗ ਨਹੀਂ ਕਰ ਸਕੇ, ਮਾਰਕੀਟਿੰਗ ਕਹਿ ਲਓ ਜਾਂ ਪ੍ਰਚਾਰ ਨਹੀਂ ਕਰ ਸਕੇ ਆਪਣੀ। ਹੁਣ ਮਹਾਭਾਰਤ ਕਿੱਡੀ ਇੰਟਰਸਟਿੰਗ ਆ ਬਹੁਤ ਹੈ ਨਾ, ਅਤੇ ਪਰ ਉਹ ਨਹੀਂ ਅਸੀਂ ਇੰਨੀ ਵਧੀਆ ਤਰੀਕੇ ਨਾਲ ਕਰ ਸਕੇ, ਪਰ ਇਹਨਾਂ ਨੇ ਜਿਹੜੇ ਗ੍ਰੀਕ ਗੋਡ ਵਗੈਰਾ ਉਹਨਾਂ ਦਾ ਪ੍ਰਚਾਰ ਕਿੱਡੇ ਵਧੀਆ ਤਰੀਕੇ ਨਾਲ ਕੀਤਾ ਇੰਟਰਸਟਿੰਗ, ਅਤੇ ਪਲੱਸ ਫਿਰ ਸਕੈਂਡੀਨੇਵੀਅਨ ਕੰਟਰੀਆਂ ਦੇ ਉਹਨਾਂ ਦੇ ਜਿਹੜੇ ਦੇਵੀ ਦੇਵਤੇ ਜੇ ਆ, ਜਿੱਦਾਂ ਉਹ ਲਾਈਟਨਿੰਗ ਵਾਲਾ ਦੇਵਤਾ ਥੋਰ ਆ, ਉਹ 'ਤੇ ਕਿੰਨੀਆਂ ਮੂਵੀ ਬਣ ਗਈਆਂ, ਤਾਂ ਉੱਥੋਂ ਦੇ ਇੱਦਾਂ ਬਹੁਤ ਕਰੈਕਟਰ ਆ ਮਸ਼ਹੂਰ ਉਹਨਾਂ ਨੇ ਖਾਸੀ। ਆਈ ਥਿੰਕ ਲੇਟ ਹੋ ਗਏ ਆ, ਪਰ ਕੁਝ ਕੁ ਚੀਜ਼ਾਂ ਇੰਟਰਸਟਿੰਗ, ਕੋਈ ਮਹਾਭਾਰਤ ਵੱਡੇ ਬਜਟ 'ਤੇ ਬਣਾਵੇ ਜਾਂ ਬਹੁਤ ਇੱਦਾਂ ਦੀਆਂ ਸਟੋਰੀਆਂ ਵਾ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਵੀ ਹੈਗੀਆਂ ਵਾ, ਜਿਨ੍ਹਾਂ ਨੂੰ ਪੇਸ਼ ਕੀਤਾ ਜਾ ਸਕਦਾ ਵਾ, ਆਪਣੇ ਸਿੱਖ ਰਾਜ ਦੇ ਸੰਬੰਧਿਤ ਬਹੁਤ ਆ। ਹੁਣ ਇੱਕ ਰੀਸੈਂਟ ਆ ਰਹੀ ਹੈ ਕਹਾਣੀ ਮਸਤਾਨੇ, ਉਹ ਮੈਨੂੰ ਕਹਾਣੀ ਦਾ ਪਤਾ ਵਾ, ਸੋ ਉਹ ਵਧੀਆ ਇੱਕ ਸਟੋਰੀ ਆ, ਉਹ ਵੀ ਘੈਂਟ ਆ, ਉਹ ਵੇਖਣ ਵਾਲੀ ਉਹ ਫਿਲਮ। ਜ਼ਿੰਦਗੀ ਦੇ ਵਿੱਚ ਚੀਜ਼ਾਂ ਪਲੈਨ ਹੋਣੀਆਂ ਜ਼ਰੂਰੀ ਆ, ਪਰ ਮੈਂ ਇੱਕ ਗੱਲ ਆਪਾਂ ਉਹੀ ਗੱਲ ਕਰਦੇ ਪਏ ਸੀ ਕਿ ਵੀ ਘੁੰਮਣ ਫਿਰਨ ਦਾ ਮਜ਼ਾ ਵੀ ਉਦੋਂ ਆਉਂਦਾ ਜਦੋਂ ਕਾਫੀ ਚੀਜ਼ਾਂ ਵੀ ਪਲੈਨ ਨਾ ਹੋਣ, ਅਤੇ ਮੈਨੂੰ ਸਰਤਾਜ ਭਾਈ ਨੇ ਵੇਖ ਰਹੇ ਹੋਏ ਕਿ ਮੈਨੂੰ ਘੁੰਮਣ ਫਿਰਨ ਦਾ ਮਜ਼ਾ ਉਦੋਂ ਹੀ ਆਉਂਦਾ ਵੀ ਜਿਹਦੇ ਵਿੱਚ ਚੀਜ਼ਾਂ ਪਲੈਨ ਨਾ ਹੋਣ। ਪਰ ਭਾਜੀ ਜੇ ਇਹ ਗੱਲ ਤੁਹਾਨੂੰ ਮੈਂ ਆਖੀ ਹੁੰਦੀ ਤੁਸੀਂ ਕਦੇ ਵੀ ਯਾਦ ਨਹੀਂ ਰੱਖਣੀ। ਇਹ ਸੱਚਾਈ ਆ ਭਾਜੀ, ਉਹ ਕਹਿੰਦੇ ਨਾ ਵੀ ਕਾਮਯਾਬ ਬੰਦੇ ਦੀ ਹਰੇਕ ਦੀ ਉਹਦੇ ਕਹਿਣਾ ਗੂ ਨਾ, ਕਹਿੰਦੇ ਤਕੜੇ ਦੀ ਘਰ ਵਾਲੀ ਸਾਰੇ ਪਿੰਡ ਦੀ ਭੈਣ ਹੁੰਦੀ ਆ, ਤੇ ਮਾੜੇ ਦੀ ਸਾਰੇ ਪਿੰਡ ਦੀ ਭਾਬੀ ਹੁੰਦੀ ਆ, ਉਹ ਹਿਸਾਬ ਆ। ਤੇ ਸਿਆਣੇ ਬੰਦੇ ਨੇ ਸਫਲ ਬੰਦੇ ਨੇ ਕੁਛ ਵੀ ਆਖਿਆ ਹੋਵੇ ਉਹਦਾ ਮਤਲਬ ਆਪਾਂ ਵਧੀਆ, ਤੇ ਪਤਾ ਨੀ ਕਿੰਨੇ ਕਿੰਨੇ ਡੂੰਘੇ ਕੱਢ ਲਈਦੇ ਆ। ਗੱਲ ਹੋਰ ਵੀ ਆ, ਇਹ ਗੱਲ ਦਾ ਜਿਹੜਾ ਅਸਲੀ ਮਤਲਬ ਆ, ਸਫਲ ਹੋਣਾ ਇੰਨਾ ਸੌਖਾ ਨੀ, ਸਫਲ ਹੋਣਾ ਹੀ ਬਹੁਤ ਔਖਾ। ਤੁਹਾਡੀ ਗੱਲ ਦਾ ਮੁੱਲ ਹੀ ਉਦੋਂ ਪੈਂਦਾ ਜਦੋਂ ਤੁਸੀਂ ਸਫਲ ਹੋ ਕੇ ਦਿਖਾਉਂਦੇ ਹੋ। ਹਾਂਜੀ ਹਾਂ, ਤਾਂ ਉਹਨਾਂ ਦੀ ਗੱਲ ਦਾ ਅਸਰ ਕੀਤਾ ਜਾਂਦਾ। ਇਹ ਤਾਂ ਗੱਲ ਹੈ, ਅਤੇ ਉਹ ਜਿਹੜੀ ਮੈਂ ਗੱਲ ਕਰਦਾ ਸੀ ਨਾ ਕਿ ਪਲੈਨ ਕੀਚੇ ਤੋਂ, ਅਤੇ ਵੀ ਮੈਂ ਸੱਚੀ ਗੱਲ ਕਹਿੰਦਾ, ਮੈਂ ਮੋਸਟ ਜਿਹੜੀਆਂ ਚੰਗੀਆਂ ਥਾਵਾਂ ਅੱਜ ਤੱਕ ਮੈਂ ਯੂਰਪ 'ਚ ਘੁੰਮ ਕੇ ਵੇਖੀਆਂ ਨਾ, ਉਹ ਭਾਜੀ ਉਹ ਅਨਪਲੈਨਡ ਸੀ, ਜਿਹੜੇ ਮੈਂ ਪਿੰਡ ਦੇਖੇ ਨਾ ਕਈ ਵਾਰੀ ਉਹ ਲਿਸਟ ਦੇ ਵਿੱਚ ਨਹੀਂ ਸੀ ਉਹਨਾਂ 'ਚ ਜਾਣਾ, ਉਹਨਾਂ 'ਤੇ ਪਹੁੰਚ ਗਿਆ ਬਸ ਇੱਦਾਂ ਹੀ। ਓਕੇ ਜੀ, ਇੱਥੋਂ ਇੰਨਾ ਕੀ ਪ੍ਰਸਾਰਨ, ਅਤੇ ਇੱਥੋਂ ਹੁਣ ਅਸੀਂ ਰਾਤ ਨੂੰ ਡਰਾਈਵ ਕਰਕੇ ਚੱਲ ਜਾਣਾ, 1.5-2 ਘੰਟੇ ਦੀ ਆ। ਪਿੰਡ ਜਾਣਾ ਵਾ ਬੈਲਜੀਅਮ ਦੇ ਵਿੱਚ ਹੀ, ਉਹਦਾ ਨਾਂ ਹੈਗਾ ਬਾਰਲੇ ਹਿਰਟੋਗ, ਅਤੇ ਉਹਦੀ ਖਾਸੀਅਤ ਹੈਗੀ ਆ ਉਹ ਪਿੰਡ ਡਿਵਾਈਡਡ ਆ, ਉਹਦਾ ਜਿਹੜਾ ਬਾਰਡਰ ਆ ਉਹ ਲੱਗਦਾ ਵਾ, ਲੱਗਦਾ ਕਿ ਵਿੱਚੋਂ ਵਿੱਚੋਂ ਜਿਹਾ ਲੰਘੀ ਜਾਂਦਾ ਵਾ ਨੀਦਰਲੈਂਡ। ਸੋ ਉਹ ਇਹ ਵੀ ਨਹੀਂ ਇੱਕੋ ਵਾਰੀ ਬਾਰਡਰ ਲੰਘ ਜਾਂਦਾ, ਫਿਰ ਐਂ ਨੂੰ ਘੁੰਮ ਗਿਆ ਪਿੰਡ ਵਿੱਚੋਂ, ਫਿਰ ਐਂ ਉਹਨੂੰ ਹੋ ਗਿਆ। ਸੋ ਪਿੰਡ ਬਹੁਤ ਵਾਰੀ ਡਿਵਾਈਡਡ ਆ, ਅਤੇ ਉੱਥੇ ਉਹਨਾਂ ਨੇ ਨਿਸ਼ਾਨੀਆਂ ਲਾਈਆਂ ਵਾ, ਰੈਸਟੋਰੈਂਟਾਂ ਦੇ ਨਿਸ਼ਾਨੀਆਂ ਲਾਈਆਂ ਵੀ ਆਹੜਾ ਟੇਬਲ ਨੀਦਰਲੈਂਡ ਦੇ ਵਿੱਚ, ਆਹੜਾ ਟੇਬਲ ਬੈਲਜੀਅਮ ਦੇ ਵਿੱਚ ਆ। ਸੋ ਉਹ ਪਿੰਡ ਆਪਾਂ ਕੱਲ੍ਹ ਨੂੰ ਦੇਖਣਾ ਵਾ, ਸੋ ਅੱਜ ਦੀ ਰਾਤ ਦੀ ਸਟੇਅ ਉੱਥੇ ਪਿੰਡ ਪਹੁੰਚ ਕੇ ਹੀ ਕਰਦੇ ਹਾਂ। ਅਤੇ ਜੇ ਕੋਈ ਜਿੰਨਾ ਵੀ ਗਿਆਨ ਪਿੱਛੇ ਝਾੜਿਆ ਵਾ, ਗਿਆਨ ਉਹਨੂੰ ਸਮਝ ਲਓ ਜਾਂ ਸਾਡੀ ਬਕਵਾਸ ਸਮਝ ਲਓ, ਵਾਟ ਐਵਰ, ਅਤੇ ਜੇ ਕੋਈ ਗਲਤੀ ਹੋ ਗਈ ਵੀ ਹੋ ਗਈ ਹੋਵੇ, ਅਤੇ ਉਹਦੇ ਲਈ ਮਾਫ਼ੀ, ਜਿਉਂਦੇ ਵੱਸਦੇ ਰਹੋ, ਖੁਸ਼ ਰਹੋ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।